ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਕਹਾਣੀ ਹੈ ਝੂਠ ਬੋਲਦੇ, ਲੇਖਕ ਗੁਰਜੰਟ ਤਾਕੀਪੁਰ। ਨੀ ਚੱਲੀਏ ਨੀ ਡੀਪੀ, ਮੇਰੀ ਤਾਂ ਭਰ ਗਈ ਏ ਝੋਲੀ, ਰੁਕ ਜਾ ਥੋੜ੍ਹਾ ਜਿਹਾ ਵੇਖ ਲਈਏ ਹੋਰ। ਸੜਕ ਦੇ ਕੰਢੇ ਲੱਗੇ ਕੂੜੇ ਦੇ ਢੇਰ 'ਚੋਂ 20-22 ਸਾਲ ਦੀਆਂ ਦੋ ਗਰੀਬ ਕੁੜੀਆਂ ਆਪਣੀ ਜ਼ਰੂਰਤ ਅਨੁਸਾਰ ਉਹ ਸਮਾਨ ਲੱਭ ਰਹੀਆਂ ਸਨ ਜੋ ਉਹਨਾਂ ਲਈ ਕੀਮਤੀ ਸੀ ਅਤੇ ਲੋਕਾਂ ਲਈ ਫਾਲਤੂ। ਦੋਵਾਂ ਦਾ ਪੱਕੇ ਗੁੜ ਵਰਗਾ ਰੰਗ, ਤਿੱਖੇ ਨੈਣ ਨਕਸ਼ ਦੇ ਅੱਖਾਂ ਦੇ ਪਾਸੇ ਪਏ ਚੰਨ ਤਾਰੇ ਉਹਨਾਂ ਦੇ ਚਿਹਰਿਆਂ ਨੂੰ ਇੱਕ ਵੱਖਰੀ ਦਿੱਖ ਦੇ ਰਹੇ ਸਨ। ਦੋਹਾਂ ਦੇ ਮੋਢਿਆਂ 'ਤੇ ਟੰਗੀਆਂ ਝੋਲੀਆਂ ਇੰਝ ਭਰੀਆਂ ਹੋਈਆਂ ਸਨ ਜਿਵੇਂ ਕੋਈ ਤੂੜੀ ਵਾਲਾ ਕੁੱਪ ਭਰਿਆ ਹੋਵੇ। ਹੁਣ ਉਹਨਾਂ ਆਪਣਾ ਬਚਿਆ ਸਮਾਨ ਇਕੱਠਾ ਕੀਤਾ ਅਤੇ ਉੱਥੋਂ ਤੁਰ ਆਈਆਂ। ਰਸਤੇ 'ਚ ਇੱਕ ਘਰ ਅੱਗੇ ਬੜੀ ਚਹਿਲ ਪਹਿਲ ਵੇਖ ਉੱਥੇ ਹੀ ਰੁਕ ਗਈਆਂ। ਪੁੱਛਣ 'ਤੇ ਪਤਾ ਲੱਗਾ ਕਿ ਇਹਨਾਂ ਘਰ ਅਖੰਡ ਪਾਠ ਹੈ, ਕੱਲ੍ਹ ਨੂੰ ਆਵਾਂਗੀਆਂ ਇਹ ਸੋਚ ਕੇ ਉੱਥੋਂ ਤੁਰ ਆਈਆਂ। ਪੂਰਬ ਵੱਲ ਸੂਰਜ ਦੀ ਟਿੱਕੀ ਚੜ ਰਹੀ ਸੀ ਕਿ ਇਹਨਾਂ ਦੀਆਂ ਝੁੱਗੀਆਂ ਵਿੱਚ ਕੁਝ ਹਿਲਜੁਲ ਹੋਈ। ਔਰਤਾਂ ਚੁੱਲ੍ਹੇ ਵੱਲ ਨੂੰ ਹੋਈਆਂ ਤਾਂ ਆਦਮੀ ਆਪਣੀਆਂ ਆਪਣੀਆਂ ਸਿਗਰਟਾਂ ਬਾਲ ਇੱਕ ਝੁੰਡ ਜਿਹੇ 'ਚ ਬੈਠ ਕੇ ਇੱਕ ਦੂਜੇ ਵੱਲ ਨੂੰ ਧੂੰਆਂ ਛੱਡਣ ਲੱਗੇ। ਉਲਝੇ ਵਾਲਾਂ ਨੂੰ ਸਵਾਰਦੀ ਹੋਈ ਨੂਰੀ ਆਪਣੀ ਮੰਜੀ 'ਤੇ ਉੱਠੀ, ਮੂੰਹ ਹੱਥ ਧੋਤਾ ਅਤੇ ਨਾਲ ਹੀ ਯਾਦ ਆਇਆ ਕਿ ਅੱਜ ਤਾਂ ਅਖੰਡ ਪਾਠ ਵਾਲਿਆਂ ਦੇ ਘਰ ਜਾਣਾ ਹੈ। ਉੱਥੋਂ ਖੜ੍ਹੀ ਨੇ ਹੀ ਦੀਪੀ ਨੂੰ ਆਵਾਜ਼ ਮਾਰੀ, ਨੀ ਦੀਪੀ ਆ ਜਾ, ਨਹੀਂ ਚੱਲੀਏ ਉਹ ਕੋਠੀ ਵਾਲਿਆਂ ਦੇ ਘਰ। ਆਈ ਡੋਲੂ ਵੱਡਾ ਚੱਕ ਲਿਆਵੀਂ, ਰੋਟੀ ਅਤੇ ਸਬਜ਼ੀ ਵੀ ਲੈ ਆਵਾਂਗੀਆਂ। ਹੁਣ ਕਾਲੇ ਪੈਰੀ ਉਹ ਦੋਵੇਂ ਉਹਨਾਂ ਦੇ ਘਰ ਵੱਲ ਨੂੰ ਤੁਰ ਪਈਆਂ ਅਤੇ ਰਾਹ 'ਚ ਆਉਂਦੀਆਂ ਹੋਈਆਂ ਆਪਸ ਵਿੱਚ ਹੀ ਕੁਝ ਗੱਲਾਂ ਕਰਦੀਆਂ ਰਹੀਆਂ। ਨੀ ਤੈਨੂੰ ਗੱਲ ਦੱਸਾਂ ਇੱਕ, ਹਾਂ ਬੋਲ। ਮੈਂ ਤਾਂ ਕੱਲ੍ਹ ਉਹ ਦੁਕਾਨ ਤੋਂ ਕੋਈ ਸਮਾਨ ਲੈ ਕੇ ਆ ਰਹੀਆਂ ਸਾਂ ਅਤੇ ਰਾਹ 'ਚ ਦੋ ਕੁੜੀਆਂ ਜਿਹੀਆਂ ਵੇਖ ਪੈਂਟਾਂ ਪਾਈਆਂ ਹੋਈਆਂ, ਉਹਨਾਂ ਦੇ ਮੈਂ ਅਤੇ ਉਹਨਾਂ ਦੇ ਵਾਲ ਵੇਖ ਕੇ ਹੀ ਹੈਰਾਨ ਰਹਿ ਗਈ। ਐਨ ਸਿੱਧੇ ਜਿਹੇ ਵਾਲ ਉਹਨਾਂ ਦੇ, ਸੱਚੀ ਮੈਨੂੰ ਤਾਂ ਬੜੇ ਸੋਹਣੇ ਲੱਗੇ, ਪਹਿਲੀ ਵਾਰ ਵੇਖੇ ਮੈਂ ਇਹੋ ਜਿਹੇ ਵਾਲ। ਮੈਂ ਤਾਂ ਆਪ ਫਿਰ ਘਰ ਆ ਕੇ ਕੰਘੀ ਲਈ ਅਤੇ ਮਾਰਨ ਲੱਗ ਪਈ ਵਾਲਾਂ 'ਚ ਕਿ ਮੈਂ ਵੀ ਉਵੇਂ ਹੀ ਕਰਾਂ, ਪਰ ਇਹ ਕਿ ਇੱਕ ਵਾਰ ਦੋ ਵਾਰ ਮੈਂ ਤਾਂ ਕੋਈ 10 ਵਾਰ ਕੰਘੀ ਵਾਹ ਛੱਡੀ ਵਾਲਾਂ ਨੂੰ, ਪਰ ਇਹ ਟੇਢੇ ਮੇਢੇ ਜਿਹੇ। ਹਾ ਹਾ ਹਾ, ਨੀ ਕੀ ਹੋ ਗਿਆ ਤੈਨੂੰ ਐਵੇਂ ਹੱਸੀ ਜਾਨੀ ਏ? ਨੀ ਹੱਸਣਾ ਤਾਂ ਹੋਰ ਕੀ ਕਰਾਂ, ਨੀ ਇੰਝ ਨਹੀਂ ਸਿੱਧੇ ਹੁੰਦੇ ਵਾਲ ਕੰਘੀ ਨਾਲ ਜਿਵੇਂ ਤੂੰ ਕਰਦੀ ਪਈ ਏ। ਹੋਰ ਕਿਵੇਂ ਹੁੰਦੇ ਨੇ, ਉਹ ਦੁਕਾਨ ਵੇਖਦੀ ਪਈ ਏ? ਹਾਂ, ਉੱਥੋਂ ਕਰਾਉਂਦੀਆਂ ਨੇ ਕੁੜੀਆਂ ਸਿੱਧੇ ਵਾਲ ਅਤੇ ਵਾਹਵਾ ਸਾਰੇ ਪੈਸੇ ਲਾਦੇ ਨੇ, ਇੰਝ ਨਹੀਂ ਹੁੰਦੇ? ਅੱਛਾ। ਨੀ ਮੈਂ ਫੇਰ ਉਂਝ ਹੀ ਕਮਲਿਆਂ ਵਾਂ ਕੰਘੀ ਮਾਰਦੀ ਰਹੀ। ਦੋਵੇਂ ਹੱਸ ਪਈਆਂ। ਉਹ ਦੋਵੇਂ ਹੁਣ ਅਖੰਡ ਪਾਠ ਵਾਲਿਆਂ ਦੇ ਘਰ ਪਹੁੰਚ ਚੁੱਕੀਆਂ ਸਨ। ਘੰਟਾ ਡੇਢ ਉਹ ਉਹਨਾਂ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਬੈਠੀਆਂ ਰਹੀਆਂ। ਦੀਵਾਨ ਚੱਲ ਰਹੇ ਸਨ ਅਤੇ ਲੋਕ ਆ ਜਾ ਰਹੇ ਸਨ। ਸਪੀਕਰਾਂ 'ਚੋਂ ਆਉਂਦੀ ਆਵਾਜ਼ ਉਹਨਾਂ ਨੂੰ ਸਾਫ਼ ਸੁਣ ਰਹੀ ਸੀ, ਭਾਈ ਸਾਡੇ ਗੁਰੂ ਸਾਹਿਬਾਨਾਂ ਜੀ ਨੇ ਇਸ ਜਾਤ ਪਾਤ ਦਾ ਪੂਰਾ ਖੰਡਨ ਕੀਤਾ ਹੈ, ਉਹਨਾਂ ਸਾਰਿਆਂ ਨੂੰ ਬਰਾਬਰ ਹੀ ਸਮਝਿਆ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰ ਆਪ ਜਾ ਕੇ ਲੰਗਰ ਛਕਿਆ ਸੀ ਅਤੇ ਸਾਨੂੰ ਵੀ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ, ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ, ਚਾਹੇ ਕੋਈ ਉੱਚਾ ਹੈ ਭਾਵੇਂ ਨੀਵਾਂ। ਉਹ ਕੁੜੀਆਂ ਬੇਸ਼ੱਕ ਆਪਣੇ ਨਾਲ ਲਿਆਂਦੇ ਭਾਂਡੇ ਇੱਧਰ ਉੱਧਰ ਕਰ ਰਹੀਆਂ ਸਨ, ਪਰ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਵੀ ਸਾਫ਼ ਸੁਣ ਰਹੀਆਂ ਸਨ। ਕੁਝ ਸਮੇਂ ਬਾਅਦ ਸਮਾਪਤੀ 'ਤੇ ਅਰਦਾਸ ਹੋਈ, ਪਰਿਵਾਰ ਲੰਗਰ ਵਰਤਾਉਣ ਵਾਲੇ ਪਾਸੇ ਹੋਇਆ। ਲੋਕ ਪੰਗਤ 'ਚ ਬੈਠਦੇ, ਲੰਗਰ ਛਕਦੇ ਅਤੇ ਘਰ ਵਾਲਿਆਂ ਨੂੰ ਮਿਲ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ। ਹੁਣ ਇਹਨਾਂ ਵੀ ਅੱਗੇ ਹੋ ਕੇ ਲੰਗਰ ਲੈਣ ਦੀ ਕੋਸ਼ਿਸ਼ ਕੀਤੀ। ਉਹ ਕਿੱਧਰ ਮੂੰਹ ਚੱਕਿਆ, ਰੋਕ ਜੱਗੇ ਇਹਨਾਂ ਨੂੰ, ਸਾਲੀਆਂ ਕਤੀੜਾਂ ਅੰਦਰ ਵੜੀਆਂ ਆਉਂਦੀਆਂ ਏ, ਚਲੋ ਬਾਹਰ। ਇਹ ਬੋਲ ਘਰ ਦੇ ਮਾਲਕ ਦੇ ਸਨ, ਜੋ ਚਿੱਟਾ ਕੁੜਤਾ ਅਤੇ ਸੁਰਮੀ ਪੱਗ ਬੰਨੀ ਵਿਹੜੇ 'ਚ ਆ ਖੜ੍ਹਾ ਹੋਇਆ ਸੀ। ਅਸੀਂ ਕੀ ਮੰਗਿਆ ਏ ਸਰਦਾਰਾ, ਦੋ ਰੋਟੀਆਂ ਹੀ ਨਾ ਪਾ ਛੱਡਦਾ, ਅਸੀਂ ਕੀ ਰੋਜ਼ ਆਉਣੀਆਂ ਇੱਥੇ, ਬਹੁਤੀ ਜ਼ੁਬਾਨ ਨਾ ਚਲਾ ਮੇਰੇ ਨਾਲ, ਕੁਝ ਲੈ ਅਤੇ ਤੁਰਦੀਆਂ ਬਣੋ ਇੱਥੋਂ, ਮੇਰੇ ਨਾਲ ਮੱਥਾ ਲਾਉਂਦੀਆਂ ਨੇ, ਤੁਹਾਡੇ ਵਰਗੀਆਂ 10 ਕੱਢਤੀਆਂ ਇੱਥੋਂ। ਸਰਦਾਰ ਨੇ ਮੂੰਹ 'ਚ ਗੁੱਸੇ ਭਰੇ ਸ਼ਬਦ ਦੋ ਹੋਰ ਬੋਲੇ ਅਤੇ ਕੋਲ ਖੜ੍ਹੇ ਮੁੰਡੇ ਨੂੰ ਥੋੜ੍ਹੀ ਦਾਲ ਰੋਟੀ ਪਾਉਣ ਲਈ ਕਹਿ ਦਿੱਤਾ। ਉਹ ਕੁੜੀਆਂ ਲੰਗਰ ਲੈਂਦੀਆਂ ਸੋਚ ਰਹੀਆਂ ਸਨ ਕਿ ਇੰਨੀ ਵੱਡੀ ਕੋਠੀ ਦਾ ਮਾਲਕ ਏ ਅਤੇ ਦਿਲ ਇੰਨਾ ਛੋਟਾ ਏ। ਉਹ ਦੋਵੇਂ ਆਪਣਾ ਸਮਾਨ ਲੈ ਕੇ ਉੱਥੋਂ ਤੁਰ ਆਈਆਂ। ਨੂਰੀ ਦੀਪੀ ਨੂੰ ਪੁੱਛਦੀ ਹੋਈ, ਨੀ ਸਪੀਕਰ 'ਚ ਤਾਂ ਉਹਨਾਂ ਦਾ ਬਾਬਾ ਇਹ ਕਹਿੰਦਾ ਪਿਆ ਸੀ ਕਿ ਕੋਈ ਉੱਚਾ ਨੀਵਾਂ ਨਹੀਂ ਹੁੰਦਾ, ਸਾਰੇ ਬਰਾਬਰ ਹੁੰਦੇ ਨੇ। ਨੀ ਇਹ ਸਭ ਕਹਿਣ ਦੀਆਂ ਗੱਲਾਂ ਨੇ, ਇੱਥੇ ਇਨਸਾਨ ਨਹੀਂ ਅਮੀਰੀ ਵੇਖੀ ਜਾਂਦੀ ਆ,
ਤੇ ਦਿਲ ਨਹੀਂ ਰੰਗ ਵੇਖਿਆ ਜਾਂਦਾ ਏ। ਤੇਰੇ ਮੇਰੇ ਵਰਗੇ ਨੂੰ ਤਾਂ ਕਿਸੇ ਸਾਂਝੀ ਥਾਂ 'ਤੇ ਨਹੀਂ ਬੈਠਣ ਦਿੱਤਾ ਜਾਂਦਾ ਅਤੇ ਘਰ ਤੋਂ ਬੜੀ ਦੂਰ ਦੀ ਗੱਲ ਏ। ਨਹੀਂ ਫੇਰ ਉਹਨਾਂ ਦਾ ਬਾਬਾ ਝੂਠ ਬੋਲਦਾ ਸੀ, ਝੂਠ ਹੀ ਬੋਲਦਾ ਹੋਣਾ ਏ। ਵੇਖਿਆ ਨਹੀਂ ਕਿਵੇਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਪਏ ਸਨ। ਦੋਵਾਂ ਦੇ ਦਿਲ ਅੰਦਰ ਇੱਕ ਲੀਕ ਜਿਹੀ ਖਿੱਚ ਹੋ ਗਈ ਸੀ ਅਤੇ ਨਾਲ ਹੀ ਆਸੇ ਪਾਸੇ ਆ ਕੇ ਕਿਤੇ ਨਫ਼ਰਤ ਵੀ ਬੈਠ ਗਈ। ਪਤਾ ਨਹੀਂ ਕੋਠੀ ਵਾਲਿਆਂ ਨੂੰ ਲੈ ਕੇ ਜਾਂ ਸਪੀਕਰ 'ਚ ਬੋਲਦੇ ਬਾਬੇ ਬਾਰੇ। ਧੰਨਵਾਦ।